ਕਰਨਾ ਨਾ ਤਾਂ ਮੇਰੇ ਪਤੀ ਉੱਤਮ ਸਿੰਘ ਵਾਂਗੂ ਕਰੋ, ਉਹਨੇ ਨਸ਼ਾ ਕੀਤਾ ਇਨਕਲਾਬੀ ਦਾ,
ਨਸ਼ਾ ਕੀਤਾ ਆਜ਼ਾਦੀ ਦਾ ਤੇ ਨਸ਼ਾ ਕੀਤਾ ਦੇਸ਼ ਭਗਤੀ ਦਾ। ਔਰ ਉਸ ਨੂੰ ਦਿਖਾਵਾਂ ਮੈਂ ਕਿ ਆਪਣੇ ਸਮਾਜ ਚ ਕੀ ਚੀਜ਼ ਦੀ ਲੋੜ ਆ। ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਪਣੇ ਪੰਜਾਬ ਵਿੱਚ ਦਰਅਸਲ ਚੱਲਦਾ ਕੀ ਹੈ ਤੇ ਸਾਨੂੰ ਕੀ ਕਰਨ ਦੀ ਲੋੜ ਹੈ ਤੇ ਅੱਗੇ ਦੇਖੋ ਨਾਟਕ ਤੇ ਬਸ ਕਰ ਬਗਾਨਾ ਧੜ ਹੁੰਦੀਆਂ ਨੇ, ਉਹਨਾਂ ਨੇ ਤਾਂ ਇੱਕ ਦਿਨ ਜਾਣਾ ਹੁੰਦਾ।
ਘਰ ਦੇ ਕੰਮ ਕਾਰ ਸਿੱਖ ਲਾ, ਫਿਰ ਤਾਂ ਅਸੀਂ ਵਿਆਹ ਕਰਨਾ ਚਾਹੁੰਦੇ ਸਰ। ਸਾਡਾ ਨਾ ਨੁੱਕੜ ਨਾਟਕ ਜਿਹਨੂੰ ਅਸੀਂ ਨਾਮ ਦਿੱਤਾ ਸ਼ਹੀਦ ਊਧਮ ਸਿੰਘ ਦੀ ਇੱਕ ਨਵੀਂ ਸੋਚ। ਪਹਿਲਾਂ ਲੜਾਈ ਸੀ ਬੰਦੂਕਾਂ ਗੋਲੀਆਂ ਦੀ ਤੇ ਹੁਣ ਲੜਾਈ ਵਿਚਾਰਾਂ ਦੀ ਹੈ। ਜੇ ਊਧਮ ਸਿੰਘ, ਸ਼ਹੀਦ ਭਗਤ ਸਿੰਘ ਜਾਂ ਹੋਰ ਨਸ਼ੇ ਕਰਦੇ ਤਾਂ ਆਪਣਾ ਦੇਸ਼ ਆਜ਼ਾਦ ਹੁੰਦਾ? ਬੋਲਦੇ ਨੀ ਹੁੰਦਾ ਆਜ਼ਾਦ? ਤੇ ਇੱਥੇ ਵੀ ਆਪਾਂ ਨੂੰ ਉਹੀ ਕਰਨ ਦੀ ਲੋੜ ਹੈ ਜਿਹੜੀ ਅੱਜ ਦੀ ਮਨੀਰ ਆ ਨਸ਼ੇ 'ਚ ਆਪਣਾ ਜੀਵਨ ਗਾਰ ਰਹੀ ਹੈ ਨਾ, ਉਹ ਸਿੱਧੇ ਰਸਤੇ 'ਤੇ ਲੈ ਕੇ ਆਓ। ਤੇ ਜਿਹੜਾ ਪੰਜਾਬ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਹੋਰਾਂ ਨੇ ਸਿਰਜਿਆ ਸੀ ਨਾ, ਉਹਨੂੰ ਅਪਣਾਓ। ਤੇ ਇਹ ਨਾਟਕ ਸਾਡੇ ਉਸਤਾਦ ਅਭਿਸ਼ੇਕ ਮੋਦਗਿੱਲ ਜੀ ਨੇ ਲਿਖਿਆ ਹੈ ਤੇ ਮੈਂ ਉਹਨਾਂ ਨੂੰ ਆਵਾਜ਼ ਦਿੰਦਾ ਕਿ ਉਹ ਵੀ ਸਟੇਜ 'ਤੇ ਆਉਣ ਤੇ ਉਹਨਾਂ ਨੇ ਟਾਈਮਲੀ। ਸਭ ਤੋਂ ਪਹਿਲਾਂ SDM ਸਾਹਿਬ, DSP ਸਾਹਿਬ ਤੇ ਜਿੰਨੇ ਵੀ ਇੱਥੇ ਐਡਮਿਨਿਸਟ੍ਰੇਸ਼ਨ ਪਹੁੰਚੀ ਆ ਅਤੇ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਜਿੰਨੇ ਵੀ ਇੱਥੇ ਪਤਵੰਦੇ ਸਾਹਿਬ ਸੱਜਣ ਪਹੁੰਚੇ ਆ, ਮੈਂ ਸਭ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ
ਮੇਰੀ ਟੀਮ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਕਿ ਤਾਂ ਅਸੀਂ ਜੋ ਆਪਣਾ ਇੱਕ ਮੇਰੇ ਜੋ ਸਟੂਡੈਂਟਸ ਨੇ ਉਹਨਾਂ ਦੀ ਕਲਾ ਨੂੰ ਦਿਖਾ ਸਕੀਏ ਅਤੇ ਇੱਕ ਅਸੀਂ ਵੀ ਇੱਕ ਜੋ ਜੰਗ ਚੱਲ ਰਿਹਾ ਨਸ਼ਿਆਂ ਦੇ ਖਿਲਾਫ਼ ਉਹ 'ਚ ਅਸੀਂ ਇੱਕ ਛੋਟੀ ਜਿਹੀ ਪੰਜੋਬ ਭਰਤੀ ਆ ਪਾ ਸਕੀਏ ਉਹਦੇ ਲਈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਤੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਇਹ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਸਾਡੀ ਜ਼ਰੂਰਤ ਹੋਵੇਗੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਅਤੇ ਜੋ ਵੀ ਸਾਨੂੰ ਸੇਵਾ ਲਗਾਈ ਜਾਊਗੀ ਅਸੀਂ ਉਹ ਸੇਵਾ ਦੇ ਉੱਤੇ ਪੂਰਾ ਖਰੇ ਉਤਰਾਂਗੇ ਜੀ। ਅਤੇ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਇਹੀ ਨਾਟਕ ਨੂੰ ਇੱਥੇ ਸਮਾਪਤ ਕਰਦਾ। ਬਾਕੀ ਜੋ ਵੀ ਕੋਈ ਗਲਤੀ ਮਲਤੀ ਹੋਈ ਹੋਵੇ ਉਸ ਲਈ ਖਿਮਾ ਦੇ ਜਾਚਕਾਂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੋਲੇ ਸੋ ਨਿਹਾਲ, ਧੰਨਵਾਦ ਜੀ।